ਉਹਨੇ ਤੇ ਕੱਪੜੇ ਜਾਰੇ ਗੰਦੇ ਕਰਤੇ ਤੇ ਮੇਰੇ ਉਹ ਵੇਖੋ ਉਹ ਯਾਰ ਕਾਫੀ ਉੱਪਰ ਤੱਕ ਪਾਣੀ ਭਰਿਆ ਗਿਆ ਤੇ ਚਲੋ ਮੂੰਹ ਵੇਖੋ ਮੂੰਹ ਕਰ ਪਹਿਲਾਂ ਇੱਧਰ ਓਏ ਸਾਰਾ ਮੂੰਹ ਦਾ ਹੋਰ ਦੂਰੋਂ ਇੱਥੇ ਵੀ ਚਲ ਗਿਆ ਹੋਰ ਦੂਰੋਂ ਹੋਰ ਤੇਰੀ ਇੱਥੇ ਵੀ ਚਲ ਗਿਆ ਇੱਕ ਭਕਾਰਾ ਨਹੀਂ ਡਿੱਗਾ ਵੇਲਾ ਬੂ ਹੈਲੋ ਗਾਈਜ਼ ਥਿਸ ਇਜ਼ ਮੀ ਸਿੰਗ 16 ਯੋ ਸਤਿ ਸ਼੍ਰੀ ਅਕਾਲ ਦਾਬ ਰਾਮ ਨਾਮ ਤੇ ਕਿਦਾਂ ਵੀ ਸਾਰੇ ਤੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਤੁਹਾਨੂੰ ਪਹਿਲਾਂ ਦਿਖਾਈਏ ਸਭ ਤੋਂ ਪਹਿਲਾਂ ਆ ਵੇਖੋ ਕੀ ਹੋਇਆ ਨੁਕਸਾਨ ਹੋ ਗਿਆ ਆ ਖੁੱਡਾ ਬਣਾਇਆ ਸੀ ਤੇ ਆ ਵੇਖੋ ਸਾਰਾ ਆਸਮਾਨ ਸਮੁੰਦਰ ਰੱਖਣ ਨੂੰ ਬਣਾਇਆ ਸੀ ਤੇ ਟੀਨਾ ਟੂਨਾ ਸਾਰੀ ਟੁੱਟ ਗਈਆਂ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਨਾ ਅੰਮ੍ਰਿਤਸਰ ਵਿੱਚ ਮੀਂਹ ਆਇਆ ਇੰਨਾ ਜ਼ਿਆਦਾ ਖਤਰਨਾਕ ਹੈ ਨਾਲ ਹੀ ਨੇਰੀ ਨੇਰੀ ਤੇ ਬਹੁਤ ਝੱਖੜ ਜਿਹਨੂੰ ਝੱਖੜ ਕਹਿ ਦਿੰਦੇ ਆ ਇਹ ਸੁੱਤਾ ਹੀ ਕਹਿੰਦਾ ਮੈਨੂੰ ਨਹੀਂ ਪਤਾ ਲੱਗਾ ਸਵੇਰੇ ਤੇ ਜਦੋਂ ਇੱਕ ਦਿਨ ਆਪਾਂ ਉਸ ਤੋਂ ਪਹਿਲਾਂ ਵੀਡੀਓ ਬਣਾ ਲਈ ਸੀ ਨਾ ਹਣਾ ਆਪਾਂ ਧਿਆਨ ਨਹੀਂ ਦਿੱਤਾ ਵੀ ਯਾਰ ਟੀਨਾ ਟੁੱਟ ਲੱਥੀ ਹੈ ਇਦਾਂ ਟੁੱਟੀਆਂ ਪਈਆਂ ਵਾ ਤੇ ਆਪਾਂ ਵੀਡੀਓ ਬਣਾ ਕੇ ਥੱਲੇ ਚੱਲ ਗਏ ਤੇ ਮੈਂ ਵੀਡੀਓ 'ਚ ਵੇਖਿਆ ਮੈਂ ਕਿਹਾ ਯਾਰ ਆਹ ਕੀ ਟੀਨਾ ਨੂੰ ਕੀ ਹੋਇਆ ਵਾ ਨਾ ਉਦੋਂ ਵੇਖਿਆ ਕਿੱਬੜ ਚ ਵੇਲਾ ਸਾਡੇ ਮੂਰੇ ਹਣਾ ਸਾਡੇ ਮੂਰੇ ਆਪਾਂ ਮਤਲਬ ਪਿੱਛੇ ਚੀਜ਼ ਆ ਪਿੱਛੇ ਹੀ ਨਿਗਾਣੀ ਪਈ ਨਿਗਾਣੀ ਪਈ ਹਣਾ ਤੇ ਵੀਡੀਓ ਬਣਾ ਕੇ ਆਪਾਂ ਚੱਲ ਗਏ ਹੁਣ ਨਹੀਂ ਮਿਲਦਾ ਮੀਮ ਹੋਣੇ ਹੁਣ ਹੋ ਗਿਆ ਗਰਮੀ ਵਾਲਾ ਸਿਸਟਮ ਸ਼ੁਰੂ ਹੋ ਗਿਆ ਵਾ ਹੁਣ ਸੌਣ ਚ ਹੀ ਆਉਣਗੇ ਸੌਣ ਦੇ ਮਹੀਨੇ ਚ ਆਉਣਗੇ ਹੁਣ ਹੋਣਾ ਜੀ ਉਹ ਸੌਣ ਦਾ ਮਹੀਨਾ ਆਉਣਾ ਹਾਲੇ ਤੇ ਚੇਤ ਚੱਲਣ ਦਿਆ ਤੇ ਅੱਛਾ ਕਿੰਨੇ ਦਿਨ ਪੈਂਦਾ ਹੁੰਦਾ ਮੀਂਹ ਉਦੋਂ ਉਹ ਸਾਰਾ ਮਹੀਨਾ ਹੀ ਡੇਢ ਦੋ ਮਹੀਨੇ ਮੀਂਹ ਪੈਂਦਾ ਉਹ ਅੱਛਾ ਉਸ ਤੋਂ ਬਾਅਦ ਉਹ ਤਿੱਖੀ ਗਰਮੀ ਹੁੰਦੀ ਹੋਣੀ ਨਹੀਂ ਨਹੀਂ ਬਾਅਦ ਚ ਸ਼ਾਇਦ ਯਾਰ ਚੇਤ ਵਿਸਾਖ ਜੇਠ ਹਾੜ ਇਹਨਾਂ ਦੇ ਮਹੀਨੇ ਜਾਰੀ ਹੁੰਦੀ ਆ ਜੇਠ ਹਾੜ ਚ ਜਾਰੀ ਗਰਮੀ ਪੈਂਦੀ ਆ ਬਾਅਦ ਸੌਣ ਤੇ ਸੌਣ ਦੇ ਮਹੀਨੇ ਮੀਂਹ ਪੈਣੇ ਸ਼ੁਰੂ ਹੋ ਚੇਤ ਵਿਸਾਖ ਜੇਠ ਹਾੜ ਸਾਵਣ ਸਾਵਣ ਦੇ ਮਹੀਨੇ ਮੀਂਹ ਤੇ ਭਾਦਰੋ ਭਾਦਰੋ ਦੇ ਮਹੀਨੇ ਵੀ ਮੀਂਹ ਸ਼ਾਇਦ ਪੈਂਦੇ ਆ ਅੱਸੂ ਅੱਸੂ ਕੱਤਕ ਤੇ ਬਾਅਦ ਸ਼ਾਇਦ ਸਰਦੀਆਂ ਸ਼ੁਰੂ ਹੁੰਦੀਆਂ ਫਿਰ ਠੀਕ ਆ ਅੱਛਾ ਫਿਰ ਇਦਾਂ ਇਦਾਂ ਮਤਲਬ ਗੇਮ ਤੁਰਦੀ ਆ ਹਨਾ ਦੇਸੀ ਮਹੀਨੇ ਕਈਆਂ ਨੂੰ ਨਹੀਂ ਪਤਾ ਸਾਰੇ ਦੇਸੀ ਮਹੀਨੇ ਤੁਹਾਨੂੰ ਗਾਇਸ ਗਣਾ ਦਈਏ ਦੇਸੀ ਮਹੀਨੇ ਵੀ 12 ਹੀ ਹੁੰਦੇ ਆ ਸਭ ਤੋਂ ਪਹਿਲਾ ਮਹੀਨਾ ਹੁੰਦਾ ਚੇਤ ਤੇ ਬਾਅਦ ਚ ਅੱਗੇ ਅੱਗੇ ਤੁਰਦੇ ਰਹਿੰਦੇ ਸਾਰੇ ਮੈਂ ਤੁਹਾਨੂੰ ਇੱਕ ਲਾਈਨ ਸੇ ਸੁਣਾਉਣਾ ਵਾ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਕੱਤਕ ਮੱਗਰ ਪੋ ਮਾਘ ਫੱਗਣ ਭਾਦੋ ਨਹੀਂ ਭਾਦਰੋ ਹੀ ਭਾਦਰੋ ਅੱਛਾ ਭਾਦਰੋ ਤੂੰ ਕੀ ਸੀ ਨਾ ਤੂੰ ਵੀ ਨੋਲੇ ਰੱਖ ਵੇਖਿਆ ਨਾ ਐਦਾਂ ਗੇਮ ਤੁਰਦੀ ਆ ਮਤਲਬ ਤੇ ਹੁਣ ਆਪਾਂ ਟੈਸਟਿੰਗ ਕਰ ਲਈਏ ਹੋਲੀਆਂ ਦੀ ਜਿਹੜੀ ਆਪਾਂ ਵੀਡੀਓ ਕਰੀਏ ਫਿਰ ਵੀਡੀਓ ਸ਼ੁਰੂ ਚਲੋ ਤੇ ਸਭ ਤੋਂ ਪਹਿਲਾਂ ਫਿਰ ਸਟੈਸ਼ ਦੇ ਵਿੱਚ ਆਪਾਂ ਕੀ ਕਰੀਏ ਆਪਾਂ ਕਰਦੇ ਆ ਪਹਿਲਾਂ ਬੈਲੂਨਸ ਉਹ ਜਿਹੜੇ ਸੈਂਤੇ ਕੇ ਬਾਰੇ ਹੁੰਦੇ ਇੱਕੋ ਪੈਕ ਦੇ ਵਿੱਚ ਮਿਲ ਜਾਂਦੇ ਆ ਪਹਿਲਾਂ ਉਹਨਾਂ ਦੀ ਟੈਸਟਿੰਗ ਕਰਦੇ ਆ ਤੇ ਫਿਰ ਉਹ ਬੈਲੂਨਸ ਦੇ ਜਿਹੜੇ ਪੈਕਟ ਹੁੰਦੇ ਇੱਕ 'ਚ 500 ਹੁੰਦਾ ਇੱਕ 'ਚ 250 ਹੁੰਦਾ ਤੇ ਉਹਨਾਂ 'ਚੋਂ ਕਰਦੇ ਆ ਜੀ ਕੁਝ ਕੁ ਪਕਾਨੇ ਥੱਲੇ ਜਾਂਦੇ ਆ ਤੇ ਥੱਲੇ ਵਾਲੇ ਤੁਸੀਂ ਸ਼ੋਰਟਸ ਵੇਖੋ ਠੀਕ ਆ ਥੱਲੇ ਜਾ ਕੇ ਫਲਾਉਂਦੇ ਆ ਇਹਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਦੁਬਾਰਾ ਕੋਠੇ ਤੇ ਮਿਲਦੇ ਆ ਤੇ ਵੀਡੀਓ ਫਿਰ ਆਪਾਂ ਇੱਥੇ ਕਰਦੇ ਆ ਜੀ ਸ਼ੁਰੂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਛੇਤੀ ਛੇਤੀ ਮਾਰ ਦਿਓ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਹੀ ਬੈਲ ਆਈਕਨ ਵੀ ਕਰ ਲਿਓ ਹੁਣ ਤੇ ਵੀਡੀਓ ਫਿਰ ਇੱਥੇ ਕਰਦੇ ਆ ਜੀ ਸ਼ੁਰੂ ਯਾਰ ਕਿੰਨੇ ਚਮਕਦੇ ਵੇ ਹਨਾ ਸਹੀ ਗੱਲ ਹੈ ਜਦੋਂ ਲੋ ਸਕੋਰ ਪੈਂਦੀ ਇਦਾਂ ਹਨਾ ਕਿੱਡੇ ਸੋਹਣੇ ਲਾਦੇ ਕਮਾਈ ਇੱਕ ਰੀ ਓਹੋ ਆ ਇੱਕ ਭਕਾਰਾ ਨਹੀਂ ਡਿੱਗਾ ਵੇਲਾ ਆਪ ਲਾਵਾਂਗੇ ਫੇਰ ਡਿੱਗਣੇ ਹਨਾ ਆਖ ਪਾਣੀ ਚ ਹੁੰਦਾ ਦਾ ਤੇ ਹੁਣ ਜੀ ਆਪਾਂ ਇਹਨਾਂ ਨੂੰ ਰੀਨਿਊ ਕਰਨਾ ਹੋਵੇ ਕੀ ਕਰ ਸਕਦੇ ਆਪਾਂ ਆਪਾਂ ਇਹਨੂੰ ਇਹਦਾ ਰੀਨਿਊ ਕਰ ਸਕਦੇ ਇਹਨੂੰ ਆਖੋ ਸਾਰੇ ਪਕਾਨੇ ਦਾ ਪਾਣੀ ਨਿਕਲਦਾ ਪਿਆ ਤੇ ਵੇਖ ਲਓ ਗਾਈਜ਼ ਇਹ ਹੋ ਗਿਆ ਆਪਣੇ ਰੀਨਿਊ ਦੁਬਾਰਾ ਪਾਣੀ ਸਾਰਾ ਨਿਕਲ ਗਿਆ ਵੇਖੋ ਕਾਫੀ ਪਾਣੀ ਸੀਗਾ ਤੇ ਹਜੇ ਤੱਕ ਨਿਕਲੀ ਆਉਂਦਾ ਪਾਣੀ ਹਨਾ ਜਿੱਦਾਂ ਆਪਾਂ ਪੈਕਟ ਖੋਲਿਆ ਫਿਰ ਉਸੇ ਤਰ੍ਹਾਂ ਦੇ ਹੋ ਗਏ ਹਨਾ ਪਹਿਲੇ ਵਰਗੇ ਤੇ ਇਹੋ ਇਹਨਾਂ ਦਾ ਫਾਇਦਾ ਵਾ ਹੁਣ ਜਿੱਦਾਂ ਆਲੇ ਪਕਾਨੇ ਆ ਆਪਾਂ ਮਤਲਬ ਇੱਕ ਆ ਭਰੇ ਸੀਗੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਜਿੱਦਾਂ ਕਿ ਤੇ ਦੂਜੇ ਆ ਪੈਕਟਸ ਵਾਲੇ ਬੈਲੂਨ ਸੀਗੇ ਇਹਨਾਂ 'ਚ ਸੀਗਾ 250 ਪਕਾਨੇ ਤੇ ਆਪਾਂ ਕੁਝ ਕੁ ਫਲਾਏ ਸਿਰਫ ਟੈਸਟਿੰਗ ਵਾਸਤੇ ਤੇ ਮਾਰਾਂਗੇ ਵੀ ਹੁਣ ਯੂਜ਼ ਵੀ ਕਰਾਂਗੇ ਤੇ ਵੇਖ ਲਓ ਕੁਆਲਿਟੀ ਵਧੀਆ ਇਹਨਾਂ ਦੀ ਤੇ ਆਪਾਂ ਟੈਸਟਿੰਗ ਲਈ ਇੰਨੇ ਕੀ ਕੱਢੇ ਹਾਂ ਕਰਦੇ ਆ ਜਿਹੜੇ ਪਕਾਨੇ ਆ ਇਹਨਾਂ ਦਾ ਇਹ ਹਿਸਾਬ ਹੈ ਕਿ ਗੰਨ ਮਾਰਦੀ ਤੇ ਬਾਅਦ ਫੇਰ ਹਾਂ ਬਸ ਪਾਟਣ ਗਈ ਹੁਣ ਹਾਂ ਸਹੀ ਗੱਲ ਆ ਇਹਨਾਂ ਦਾ ਇਹ ਵਾ ਗੰਨ ਵੱਜ ਵੀ ਗਈ ਦੁਬਾਰਾ ਮਤਲਬ ਇੱਕ ਹੋਰੀ ਜੀ ਖੁੱਲਣੀ ਫਿਰ ਸਿੱਧੀ ਫਿਰ ਹਨਾ ਸਹੀ ਹੈ ਯਾਰ ਆਹ ਚੀਜ਼ ਸਹੀ ਆ ਸਹੀ ਗੱਲ ਆ ਵਧੀਆ ਚੀਜ਼ ਫਿਰ ਤੁਸੀਂ ਜਿੱਦਾਂ ਵੇਖ ਲਏ ਬੈਲੂਨ ਆਪਣੇ ਕੁਆਲਿਟੀ ਚੈੱਕ ਕਰੋ ਇਹਨਾਂ ਦੀ ਆ ਨਾ ਫੜਦੇ ਨਹੀਂ ਬਲੂਨ ਹੋਰ ਤੋਂ ਹੋਰ ਤੋਂ
ਵੇਲਾ ਕੋਈ ਨਹੀਂ ਫੜਿਆ ਵੇਲਾ ਹੋਰ ਤੋਂ ਨਾ ਬਾਰੋ ਫੜ ਥਲੇ ਥਲੇ ਰੱਖ ਕੇ ਹੋਰ ਤੋਂ ਸੁੱਟਿਓ ਨਹੀਂ ਇਹ ਤੋਂ ਦਿਖਿਆ ਸੀ ਕਿ ਨਹੀਂ ਹਾਂਜੀ ਦਿਖਿਆ ਇੱਕ ਵੀ ਨਹੀਂ ਪਾਟਾ ਥੋੜੇ ਦਿਨਾਂ ਦੀ ਤਰ੍ਹਾਂ ਇੱਕ ਵੀ ਬਗਾਨਾ ਨਹੀਂ ਪਾਟਾ ਮੋਲੇ ਹੱਥ ਮਾਰ ਥੱਲੇ ਪਾਣੀ ਪਾਣੀ ਪੂਣੀ ਡੁੱਲਿਆ ਨਹੀਂ ਹੋਊਗਾ ਵਿੱਚ ਉਧਰ ਕੋ ਮਾਸਾ ਪਾਣੀ ਨਹੀਂ ਹੈਗਾ ਵਿੱਚ ਕੁਆਲਿਟੀ ਚੈੱਕ ਕਰੋ ਬਗਾਨੇ ਦੀ ਲੈ ਫੇਰ ਦੁਬਾਰਾ ਅੱਗੇ ਇੱਥੋਂ ਨਹੀਂ ਹਾਂ ਨਹੀਂ ਹਾਲੇ ਵੀ ਨਹੀਂ ਹਾਲੇ ਵੀ ਨਹੀਂ ਲੈ ਭਾਈ ਉਹ ਵੇਖੋ ਹਾਲੇ ਵੀ ਨਹੀਂ ਫਟਿਆ ਬਗਾਨਾ ਮਣ ਘੈਂਟ ਆ ਮੋਲੇ ਤੇ ਮਾਰਦੀ ਹੈ ਟੈਸਟਿੰਗ ਹੋ ਜੇ ਯਾਰ ਮੋਲੇ ਤੇ ਹੀ ਮਾਰ ਦੋ ਹੋ ਜੇ ਨਹੀਂ ਯਾਰ ਤੇ ਵਧੀਆ ਚੀਜ਼ ਆ ਨਾ ਹਾਂਜੀ ਹੁਣ ਨੈਕਸਟ ਟੈਸਟਿੰਗ ਕਰਦੇ ਆ ਪਕਾਨੇ ਦੀ ਵੇਲੇ ਕਿੱਡੀ ਘੈਂਟ ਕੁਆਲਿਟੀ ਆ ਆਪਾਂ ਫਿਰ ਸੋਚਿਆ ਟੈਸਟਿੰਗ 'ਚ ਆ ਜੀ ਗੁਲਾਬੀ ਕਲਰ ਤਿਰੰਗਾ ਰੰਗ ਗੁਲਾਬੀ ਗੁਲਾਲ ਅਤੇ ਇਹ ਹੈਗਾ ਤਿਰੰਗਾ ਵਾਲਿਆਂ ਦਾ ਮੁਲਾਇਮ ਮੁਲਾਇਮ ਹੋਲੀ ਹੈ ਮੌਸਮ ਰੰਗੋ ਕਾ ਉਮੀਦੋਂ ਕਾ ਤਿਰੰਗੋ ਕਾ ਅਤੇ ਗਾਈਸ ਜਿੱਦਾਂ ਤੁਹਾਨੂੰ ਪਤਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਆ ਤਿਰੰਗਾ ਦਾ ਅਤੇ ਪੈਕਟ ਜਿਹੜਾ ਆਪਾਂ ਖੋਲਿਆ ਨਹੀਂ ਸੀ ਬਸ ਤੁਹਾਨੂੰ ਦਿਖਾਇਆ ਸੀਗਾ ਵੀ ਆਹ ਪ੍ਰੋਡਕਟ ਆ ਆਹ ਤਿਰੰਗਾ ਵਾਲਿਆਂ ਦਾ ਕਲਰ ਆ ਜਿੱਦਾਂ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਟੈਸਟਿੰਗ ਕੀਤੀ ਸੀਗੇ ਪੰਖ ਵਾਲਿਆਂ ਦੇ ਕਲਰ ਬਹੁਤ ਜ਼ਿਆਦਾ ਘੈਂਟ ਸੀ ਬਹੁਤ ਜ਼ਿਆਦਾ ਵਧੀਆ ਫਲੇਵਰ ਸੀ ਸਮੈਲ ਐਡੀ ਘੈਂਟ ਹੁੰਦੀ ਸੀ ਨਾ ਮਤਲਬ ਇਹ ਜਿੰਨੇ ਵੀ ਕਲਰਸ ਆ ਇਹਦਾ ਨਹੀਂ ਪਤਾ ਪੰਖ ਵਾਲਿਆਂ ਦੇ ਜਿਹੜੇ ਪੈਕਟ ਆਪਾਂ ਲੈ ਗਏ ਸੀ ਕਲਰਸ ਇਹ ਉਹ ਫੈਮਿਲੀ 'ਚ ਖੇਡਣ ਵਾਲੇ ਕਲਰ ਆ ਬਹੁਤ ਵਧੀਆ ਪੱਕੇ ਰੰਗ ਨਹੀਂ ਆ ਇੱਕ ਸਮੈਲ ਛੱਡਦੇ ਆ ਨਾਲ ਬੜੀ ਸੋਹਣੀ ਹਨਾ ਪਰ ਯਾਰ ਉਹ ਜ਼ਿਆਦਾ ਸੋਹਣੀ ਸੀ ਨਹੀਂ ਆ ਵੀ ਠੀਕ ਹੀ ਆਉਂਦੀ ਨਹੀਂ ਪਈ ਇਹਦੀ ਇੱਧਰ ਮੋਲੇ ਤੂੰ ਸੁਣ ਸਮੈਲ ਕਿੰਨੀ ਆ ਹੈਗੀ ਨਾ ਪਰ ਉਹ ਜ਼ਿਆਦਾ ਸੋਹਣੀ ਸੀ ਨਾ ਪੰਖ ਵਾਲਾ ਜਿਹੜਾ ਪੈਕਟ ਸੀ ਆਹ ਵੀ ਸਹੀ ਆ ਉੱਦਾਂ ਆਹ ਕਲਰ ਵੇਖ ਲਓ ਕਲਰ ਪਾ ਲਿਆ ਹੱਥ 'ਤੇ ਅਜੇ ਹੋਲੀ ਖੇਡਣ ਦਾ ਸਮਾਂ ਨਹੀਂ ਆਇਆ ਸੋ ਇਸ ਲਈ ਥੋੜ੍ਹਾ ਥੋੜ੍ਹਾ ਕਲਰ ਕੱਲ੍ਹ ਆ ਹੋਲੀ ਕਲਾ ਦਿਨ ਮਾੜਾ ਮਾੜਾ ਲਾਈਏ 28 ਤਰੀਕ ਨੂੰ ਹੈ ਆਹ ਹੋ ਗਈ ਆਪਣੇ ਕਲਰ ਦੀ ਟੈਸਟਿੰਗ ਘੈਂਟ ਆ ਯਾਰ ਵਧੀਆ ਕਲਰ ਇੱਥੋਂ ਹੀ ਪਤਾ ਲੱਗ ਗਿਆ ਮੈਨੂੰ ਅਲਾ ਮੇਰੇ ਵੀ ਲਾ ਦੇ ਉਹਨੇ ਤਾਂ ਕੱਪੜੇ ਜਾਰੇ ਗੰਦੇ ਕਰਤੇ ਤੇ ਮੇਰੇ ਉਹ ਵੇਖੋ ਉਹ ਯਾਰ ਤੂੰ ਪਹਿਲਾਂ ਹੀ ਹੋਲੀ ਖੜਾਤੀ ਮੇਰੇ ਘਾਤੋਂ ਡਰੀ ਕਿਉਂ ਜਾਂਦਾ ਵਾਂ ਤਿਰੰਗਾ ਵਧੀਆ ਲੱਗਾ ਮੈਨੂੰ ਟ੍ਰਿਗਰ ਨੱਪੀ ਦਾ ਇਹਨੂੰ ਕੰਟੀਨਿਊ ਨੱਪ ਕੇ ਰੱਖੋ ਤੇ ਪਾਣੀ ਵੀ ਕੰਟੀਨਿਊ ਆਈ ਜਾਊਗਾ ਮਾੜੀ ਚਲਾਈਏ ਯਾਰ ਕਿੰਨੇ ਦਿਨ ਹੋ ਗਏ ਚਲਾਈ ਨੀ ਖੇਡਣ ਦਾ ਬੜਾ ਨਜ਼ਾਰਾ ਆਉਂਦਾ ਚੰਗੀ ਤਰ੍ਹਾਂ ਪ੍ਰੈਸ਼ਰ ਪੂਰਾ ਗਿੱਲਾ ਕਰ ਦੇਣਾ ਇਹਨੇ ਕੰਟੀਨਿਊ ਨੱਪੀ ਰੱਖੋ ਤੇ ਪੂਰਾ ਗਿੱਲਾ ਕਰ ਦੇਣਾ ਇਹਨੇ ਅਗਲੇ ਵਾਲੇ ਬੰਦੇ ਨੂੰ ਤੇ ਆਹ ਵਾ ਇਧਰੋਂ ਭਰੀ ਦਾ ਪਾਣੀ ਆਹ ਆਪਸ਼ਨ ਦਿੱਤੀ ਉਹਨਾਂ ਨੇ ਆਹ ਪੰਪ 'ਚ ਭਰੀ ਦਾ ਪਾਣੀ ਮੋਲੇ ਭਰੇਗਾ ਮੋਲਾ ਡੋਬਣਾ ਜਾਵੇ ਟੈਂਕੀ 'ਚ ਅਤੇ ਫਾਈਨਲੀ ਗਾਈ ਸਰ ਪਾਣੀ ਜਿਹੜਾ ਫਿੱਲ ਹੋ ਗਿਆ 'ਚ ਕਾਫੀ ਉੱਪਰ ਤੱਕ ਪਾਣੀ ਭਰਿਆ ਗਿਆ ਅਤੇ ਮੋਲੇ ਨੇ ਪਾਣੀ ਭਰਿਆ ਮੋਲੇ ਥੋੜ੍ਹਾ ਰਹਿ ਨਹੀਂ ਗਿਆ ਘੱਟ ਕੋਈ ਨਹੀਂ ਸਹੀ ਇੰਨਾ ਕੁ ਚਲੋ ਆਪਾਂ ਟੈਸਟਿੰਗ ਕਰਨੀ ਆ ਅਤੇ ਇਹਨੂੰ ਹੁਣ ਆਪਾਂ ਕਰ ਦਈਏ ਚੰਗੀ ਤਰ੍ਹਾਂ ਕਵਰ ਕਿੰਨਾ ਚਿਰ ਤੱਕ ਵੇਖੀ ਬੜਾ ਇੱਕੋ ਹੀ ਚਲਾ ਕੇ ਵੇਖਾਂਗੇ ਯਾਰ ਕੀ ਬਣਦਾ ਕਿੱਦਾਂ ਚਲਾਈਏ ਇੱਧਰ ਇੱਧਰ ਸਾਹਮਣੇ ਸਾਹਮਣੇ ਸਾਹਮਣੀ ਕੰਧ ਵੇਖੋ ਗਿੱਲੀ ਹੋ ਗਈ ਸਾਰੀ ਕੰਟੀਨਿਊ ਚੱਲਣ ਦਿਆ ਪਾਣੀ ਕੰਟੀਨਿਊ ਵੇਖ ਲਓ ਪਾਣੀ ਛੱਡ ਵੀ ਦਿੱਤਾ ਵੇਖੋ ਥੋੜਾ ਉਹ ਟੀਨ ਵੀ ਸਾਰੀ ਗਿੱਲੀ ਹੋ ਗਈ ਟੀਨ ਸਾਰੀ ਭਿਓ ਕੇ ਵੇਖ ਲਓ ਪਾਣੀ ਮਤਲਬ ਕੰਟੀਨਿਊ ਟ੍ਰਿਗਰ ਨੱਪਿਆ ਇਹਨੇ ਟ੍ਰਿਗਰ ਦਿਖਾ ਆ ਲਓ ਓਏ ਹੋਏ ਪੂਰੀ ਗਿੱਲੀ ਹੋ ਗਈ ਟੀਨ ਸਹੀ ਗੱਲ ਆ ਹਨਾ ਪੂਰੀ ਕਰਦੇ ਜਿੰਨੀ ਟੀਨ ਹੈਗੀ ਪਾਣੀ ਖਤਮ ਹੋ ਗਿਆ ਨਹੀਂ ਕਿਉਂ ਤੈਨੂੰ ਕੌਣ ਕਹਿੰਦਾ ਪਾਣੀ ਹੈਗਾ ਵਾ ਓ
ਵਾਰ ਵੀ ਹੁੰਦੀ ਪਈ ਹੋਣੀ ਸ਼ਾਇਦ ਓਏ ਹੋਏ ਸੌਰੀ ਗੱਲੀ ਹੋ ਗਈ ਪ੍ਰੋਪਰ ਯਾਰ ਚਲੋ ਬਹੁਤ ਆ ਯਾਰ ਹੋ ਗਈ ਗੱਲੀ ਚਲੋ ਜਿੱਦਾਂ ਬੰਦਾ ਵਾ ਪੂਰਾ ਗਿੱਲਾ ਹੋ ਰਿਹਾ ਗਾਈ ਦੋ ਇੱਕ ਤੇ ਇਹ ਸੀਗੀ ਫਿਰ ਗਾਈਜ਼ ਆਪਣੀ ਪ੍ਰੈਸ਼ਰ ਵਾਲੀ ਗਨ ਵਾਟਰ ਗਨ ਹਰ ਵੀਡੀਓ ਦੇ ਵਿੱਚ ਆਪਾਂ ਟੈਸਟ ਕਰੀ ਦੀ ਆ ਸਮੋਕ ਫਲੇਅਰ ਤੇ ਇਹ ਕਿਹੜਾ ਕਲਰ ਆ ਔਰੇਂਜ ਆ ਤੇ ਅੱਜ ਦੀ ਵੀਡੀਓ 'ਚ ਮੋਹਲਾ ਕਹਿੰਦਾ ਮੈਂ ਕਰਨੀ ਟੈਸਟਿੰਗ ਆ ਜਿਹੜੀ ਸਮੋਕ ਫਲੇਅਰ ਆ ਤੇ ਹੁਣ ਆਪਾਂ ਟੈਸਟ ਕਰਦੇ ਕਿੱਦਾਂ ਦੀ ਨਿਕਲਦੀ ਆ ਕੋਈ ਵੀਡੀਓ ਨਹੀਂ ਛੱਡੀ ਹੋਣੀ ਜਿਹ 'ਚ ਸਮੋਕ ਫਲੇਅਰ ਨਹੀਂ ਚਲਾਈ ਆਪਾਂ ਹਨਾ ਦੋਨੋਂ ਯੂਜ਼ ਕੀਤੀਆਂ ਹੋਣੀਆਂ ਹਾਂ छोटी यूज करनी छोटी करो यूज ਯਾਰ ਇਹਨਾਂ ਦਾ ਨਹੀਂ ਪਤਾ ਲੱਗਣਾ ਕਿਹੜੇ ਲੈ ਕਲਰ ਆ ਸ਼ਾਇਦ ਰੈੱਡ ਕਲਰ ਮੈਨੂੰ ਲੱਗਦਾ ਗੁਲਾਬੀ ਨਿਕਲੂ ਮੈਂ ਛੋਟੀ ਸਮੋਕ ਫਲੇਅਰ ਯੂਜ਼ ਕਰਨ ਲੱਗਾ ਵਾਂ ਮੈਂ ਤੇ ਰੈੱਡ ਕਲਰ ਮੇਰੇ ਹੱਥ ਵਿੱਚ ਆ ਮੈਨੂੰ ਲੱਗਦਾ ਗੁਲਾਬੀ ਨਿਕਲੂ ਚਲੋ ਵੇਖੋ ਯਾਰ ਤੂੰ ਯੂਜ਼ ਕਰ ਇਹਨਾਂ ਦਾ ਨਹੀਂ ਕੁਝ ਪਤਾ ਲੱਗਦਾ ਕਿਹੜੇ ਲੈ ਚਲੋ ਇੱਕੋ ਜਗ੍ਹਾ ਓਹ ਪਿੱਛੋਂ ਦੀ ਤੂੰ ਆ ਗਿਆ ਨਹੀਂ ਨਿਕਲੇ ਇਹਦੇ ਚੋਂ ਹੈ ਡਬਲ ਕਲਰ ਨਿਕਲੇ ਇਹਦੇ ਚੋਂ ਔਰੇਂਜ ਜੇ ਖੋਲ ਦੇ ਸਾਰੀ ਇੰਨਾ ਕਲਰ ਡੁੱਲ ਗਿਆ ਇਤੋਂ ਚੱਲ ਹੱਥ ਦੇ ਚੱਲ ਨਹੀਂ ਨਹੀਂ ਮਾਰੀ ਮੂੰਹ ਤੇ ਨਹੀਂ ਮਾਰੀ ਵੀੜੀ ਪਈ ਲਾਈ ਨਾ ਕੱਪੜੇ ਦੇ ਨਾ ਲਾਈ ਸਿੱਧਕ ਦੇ ਲਾ ਦੇ ਟੀ ਸ਼ਰਟ ਤੇ ਉਹ ਯੈਲੋ ਕਲਰ ਤੇ ਬੜੀ ਚਚਣੀ ਹੋ ਲਾ ਦੇ ਕੋਈ ਚੱਕਰ ਹੀ ਨਹੀਂ ਆ ਮੇਰੇ ਕੱਪੜੇ ਬੋਦਲ ਹੀ ਨਹੀਂ ਸਹਦੇ ਅੱਛਾ ਉਹ ਕੰਧ ਤੇ ਮਾਰੇ ਦਾ ਪ੍ਰੈਸ਼ਰ ਵੇਖੀ ਕੰਧ ਤੱਕ ਕਿੱਦਾਂ ਜਾਂਦਾ ਚੜ ਗਿਆ ਦੂਰ ਦੂਰ ਦੂਰੋਂ ਦੂਰੋਂ ਹੋਰ ਦੂਰੋਂ ਹੋਰ ਦੂਰੋਂ ਇੱਥੇ ਵੀ ਚਲ ਗਿਆ ਹੋਰ ਦੂਰੋਂ ਚਲ ਗਿਆ ਉਹ ਤੇਰੀ ਇੱਥੇ ਵੀ ਚਲ ਗਿਆ ਹੈ ਉਹ ਇੱਥੇ ਚਲ ਗਿਆ ਫੇਰ ਉਹ ਯਾਰ ਆ ਸਹੀ ਹੈ ਨਾ ਹੋਲੇ ਵੀ ਉਹ ਸਗੋਂ ਫੈਲੀ ਜਾਣ ਦੇ ਉਲਟਾ ਗਾਈਜ਼ ਆ ਵੇਖੋ ਕਿੰਨਾ ਡਿਸਟੈਂਸ ਹੋ ਗਿਆ ਪਰ ਦੂਰੋਂ ਜਾ ਰਿਹਾ ਵੇਖੋ ਓ ਮੈਂ ਹੋਰ ਦੂਰ ਚਲ ਗਿਆ ਮੈਂ ਬਹੁਤ ਜ਼ਿਆਦਾ ਦੂਰ ਆ ਗਿਆ ਮੈਂ ਉਹ ਯਾਰ ਤੈਨੂੰ ਗੱਲ ਦੱਸਾਂ ਚੱਲ ਬੋਦਾ ਜਾਣਦੇ ਯਾਰ ਜਾਣਦੇ ਆ ਮੇਰੀ ਗੱਲ ਸੁਣ ਹਾਂਜੀ ਇਹ ਦੂਰੋਂ ਨਾ ਦੂਰੋਂ ਬੰਦੇ ਨੂੰ ਪਤਾ ਨਹੀਂ ਲੱਗਣਾ ਤੈਨੂੰ ਪਤਾ ਉਹਦੇ ਕਲਰ ਪੈ ਰਿਹਾ ਉਹ ਬਾਅਦ ਹੀ ਪਤਾ ਲੱਗੂ ਕਲਰ ਪੈ ਗਿਆ ਮੇਰੇ ਸਹੀ ਗੱਲ ਆ ਹਣਾ ਇਹ ਚੀਜ਼ ਵਧੀਆ ਹੀ ਪਿਆ ਨਹੀਂ ਪਿਆ ਓਏ ਨਾ ਕਰ ਉਹ ਸਰ ਯਾਰ ਭਾਈ ਪੱਕਾ ਰੰਗ ਹੋਵੇ ਉਹ ਸਰ ਇੰਨੇ ਪੱਕਾ ਨਹੀਂ ਮੈਨੂੰ ਪਤਾ ਵਾ ਆ ਸੋਰੀ ਕਿਹਾ ਚੱਲ ਮਾੜੀ ਤੂੰ ਪਵਾ ਮੋਲੇ ਕੱਲ ਖੇਡਣੀ ਫਿਰ ਹੋਲੀ ਆਪਾਂ ਗਾਈਜ਼ ਆਪਾਂ ਕਰਤੀ ਹੁਣ ਟੈਸਟਿੰਗ ਸਾਰੀਆਂ ਚੀਜ਼ਾਂ ਜਿਹੜੀ ਤੁਹਾਨੂੰ ਵਿਖਾਈ ਬਹੁਤ ਘੈਂਟ ਟੈਸਟਿੰਗ ਕੀਤੀ ਅੱਜ ਆਪਾਂ ਕੱਲ੍ਹ ਹੈ ਗਾਈਜ਼ ਹੋਲੀ 'ਤੇ ਤੁਹਾਨੂੰ ਸਾਰਿਆਂ ਨੂੰ ਐਡਵਾਂਸ ਹੈਪੀ ਹੋਲੀ 'ਤੇ ਬਾਕੀ ਜੇ ਕੱਲ੍ਹ ਆਪਾਂ ਹੋਲੀ ਖੇਡੀ ਤਾਂ ਬਹੁਤ ਜ਼ਿਆਦਾ ਨਜ਼ਾਰਾ ਹੋਊਗਾ ਬਹੁਤ ਜ਼ਿਆਦਾ ਧਾਕੜ ਵੀਡੀਓ ਬਣੂਗੀ ਕੱਲ੍ਹ ਦੀ ਮਿਸ ਨਾ ਕੋਈ ਵੀ ਕਰਿਓ ਕੱਲ੍ਹ ਦੀ ਵੀਡੀਓ ਅਤੇ ਬਗੀਆ ਸਾਨੂੰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜੇ ਤੁਸੀਂ ਚੈਨਲ 'ਤੇ ਨਵੇਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਕਰਨਾ ਭੁੱਲਿਓ ਨਾ ਟਨ ਕਰ ਘੰਟਾ ਵਜਾਉਣਾ ਸੋ ਗਾਈਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਦਾ ਚੈਨਲ ਬਾਕੀ ਥੈਂਕ ਯੂ ਗਾਈਸ ਫੋਰ ਵਾਚਿੰਗ ਦਿਸ ਵੀਡੀਓ